ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਸ ਨਿਊਯਾਰਕ ਦੀ ਧਰਤੀ, ਇਸ ਨਿਊਯਾਰਕ ਦੀ ਪਰੇਡ ਆ, ਜਿੱਥੋਂ ਮੈਂ ਖੁਦ ਅਸੀਂ ਸਿੱਖਿਆ ਲੈ ਕੇ ਇਹ ਸਾਡੇ ਸਿੱਖ ਕੌਮ ਦੇ ਜਿਹੜੇ ਕੰਮ ਨੇ ਇਹਨਾਂ ਦੇ ਵਿੱਚ ਤੁਸ਼ ਮਤਰ ਹਿੱਸਾ ਪਾਉਣ ਦੀ ਪ੍ਰੇਰਣਾ ਲਈ ਆ। ਇਹ ਨਿਊਯਾਰਕ ਦੀ ਧਰਤੀ ਨਹੀਂ, ਮੈਨੂੰ ਤੇ ਘੱਟੋ ਘੱਟ ਇਸ ਧਰਤੀ ਨੇ ਬਖਸ਼ਿਆ। ਜੋ ਸਾਰਿਆਂ ਨਾਲੋਂ ਵੱਡਾ ਅਸੀਂ ਇੱਥੇ ਇੱਕ ਹਾਜ਼ਰੀ ਲਵਾਉਂਦੇ ਹਾਂ, ਦੁਨੀਆ ਦੀ ਰਾਜਧਾਨੀ ਇਸ ਨਿਊਯਾਰਕ ਸ਼ਹਿਰ ਦੀ ਦਿਲ ਦੇ ਵਿੱਚ, ਇੱਥੋਂ ਦੀ ਮੈਡੀਸਨ ਐਵਨਿਊ ਦੇ ਉੱਤੇ ਜੋ ਪਰੇਡ ਕਰਦੇ ਹਾਂ, ਇਹਦੇ ਵਿੱਚੋਂ ਸਾਰਿਆਂ ਨਾਲੋਂ ਵੱਡਾ ਜਿਹੜਾ ਸਾਡਾ ਮਹੱਤਵਪੂਰਨ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਡੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਹੋਏ ਸਾਡੇ ਪਾਤਸ਼ਾਹੀ ਦਾਅਵੇ, ਸਾਡੇ ਰਾਜ ਖਾਲਿਸਤਾਨ ਦਾ ਹੈ। ਜਦੋਂ ਵੀ ਕੋਈ ਗੱਲ ਦੇਖੋ, ਖਾਲਿਸਤਾਨ ਦੀ ਗੱਲ ਕਿੱਥੋਂ ਸ਼ੁਰੂ ਹੋਈ, ਕੌਣ ਕਰਦਾ? ਜਿਸ ਇਨਸਾਨ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਨਿਸ਼ਚਾ ਰੱਖ ਲਿਆ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਬਣ ਗਿਆ, ਚਾਹੇ ਜਨਮ ਤੋਂ ਪਰਿਵਾਰ ਚ ਜਨਮ ਲੈ ਕੇ ਸਿੱਖ ਬਣਿਆ, ਚਾਹੇ ਬਾਅਦ ਚ ਬਣਿਆ, ਤੁਸੀਂ ਬਾਏ ਡਿਫਾਲਟ ਹੀ ਖਾਲਿਸਤਾਨੀ ਹੋ। ਤੁਸੀਂ ਆਪਦੇ ਆਪ ਦੇ ਵਿੱਚ ਹੀ ਇਸ ਪਾਤਸ਼ਾਹੀ ਦਾਅਵੇ ਦੇ ਜਿਹੜੇ ਅਲੰਬਰਦਾਰ ਉਹ ਬਣ ਜਾਂਦੇ ਹੋ, ਕਿਉਂਕਿ ਇਸ ਰਾਜ ਦੀ ਗੱਲ ਸਾਰਿਆਂ ਨਾਲੋਂ ਪਹਿਲਾਂ ਸਾਡੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਸ਼ੁਰੂ ਕਰਦੇ ਨੇ। ਨਾਨਕ ਰਾਜ ਚਲਾਇਆ ਕੋਟ ਸਤਾਣੀ ਨੀਵ ਦੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਐਡਾ ਤਕੜਾ ਕਿਲੇ ਦੀ ਨੀਂਹ ਆ ਜਿਹੜੀ ਰਾਜ ਦੇ ਰੂਪ ਵਿੱਚ ਰੱਖੀ ਆ, ਜਿਹਨੂੰ ਅਸੀਂ ਫਾਲੋ ਕਰਦੇ ਹਾਂ। ਸਾਡੀ ਕੌਮ ਜਦੋਂ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਇਕੱਠੀ ਹੁੰਦੀ ਆ, ਸਾਡੇ ਕੈਲੀਫੋਰਨੀਆ ਪਿਛਲੀ ਦਿਨ ਗਦਰੀ ਬਾਬਿਆਂ ਦੀ ਧਰਤੀ ਉੱਤੇ ਵੱਡਾ ਇਕੱਠ ਹੋਇਆ, ਉਹ ਗਦਰੀ ਬਾਬੇ ਜਿਹੜੇ ਜਦੋਂ 19ਵੀਂ ਸਦੀ ਦੇ ਸ਼ੁਰੂ ਵਿੱਚ ਇੱਥੇ ਆਉਂਦੇ ਆ, ਤੁਸੀਂ ਹੈਰਾਨ ਹੋਵੋਗੇ 90% ਤੋਂ ਵੱਧ ਜਿਹੜੇ ਗਦਰੀ ਬਾਬੇ ਨੇ ਵਾਪਸ ਸ਼ਹੀਦੀਆਂ ਪਾਉਣ ਚੱਲ ਜਾਂਦੇ ਆ ਇਸ ਆਜ਼ਾਦੀ ਵਾਸਤੇ, ਜਿਹਨੂੰ ਜਿਹਦੀ ਆਵਾਜ਼ ਅਸੀਂ ਇੱਥੇ ਪ੍ਰਚੰਡ ਕਰਦੇ ਹਾਂ। ਜਿਹੜੀਆਂ ਜੇਤੂ ਬਹੁ ਗਿਣਤੀ ਸਰਕਾਰਾਂ ਨੇ ਘੱਟ ਗਿਣਤੀਆਂ ਦੇ ਉੱਤੇ ਕਾਬੂ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਚੱਕਰ ਵਿਊ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਘੱਟਦੀਆਂ ਰਹਿੰਦੀਆਂ ਨੇ। ਕਦੇ ਸਾਨੂੰ ਬੌਧਿਕ ਕੰਗਾਲੀ ਦੀ ਜੰਗ ਚ ਧੱਕਿਆ ਜਾਂਦਾ, ਸਾਡੇ ਯੂਨੀਵਰਸਿਟੀਆਂ ਦੇ ਸਾਡੇ ਸਕੂਲਾਂ ਦੇ ਸਿਲੇਬਸ ਚੇਂਜ ਕਰਕੇ ਸਾਡੇ ਬੱਚਿਆਂ ਨੂੰ ਇਸ ਲੈਵਲ ਦਾ ਐਜੂਕੇਸ਼ਨ ਸਿਸਟਮ ਦਿੱਤਾ ਜਾਂਦਾ ਵੀ ਉਹ ਉਹਨਾਂ ਲਈ ਵਾਹਕ ਬਣ ਜਾਂਦੇ ਆ, ਉਹਨਾਂ ਲਈ ਹਮਜੋਲੀ ਬਣ ਜਾਂਦੇ ਆ। ਪਰ ਜੋ ਸਾਡੇ ਨਗਰ ਕੀਰਤਨ ਹੁੰਦੇ ਹਨ, ਹਿਸਟੋਰੀਕਲ ਐਂਥਨੀ ਸਮਿਥ ਕਹਿੰਦੇ ਹਨ ਕਿ ਜਦੋਂ ਵੀ ਕੌਮਾਂ ਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ ਬਹੁ ਗਿਣਤੀਆਂ ਵੱਲੋਂ ਮਾਨਸਿਕ ਖੋਰਾ ਲੱਗਦਾ ਹੈ, ਤਾਂ ਫਿਰ ਜਿਹੜੀਆਂ ਕੌਮਾਂ ਨੇ ਕਿਵੇਂ ਉੱਠਦੀਆਂ ਨੇ? ਫਿਰ ਜੋ ਸਾਡਾ ਹਿਸਟੋਰੀਕਲ ਕਲਚਰ ਹੈ ਉਹ ਪਲੇ ਦੇ ਵਿੱਚ ਆਉਂਦਾ, ਇਤਿਹਾਸਕ ਸੱਭਿਆਚਾਰ। ਇਤਿਹਾਸਕ ਸੱਭਿਆਚਾਰ ਸਾਡਾ ਕੀ ਹੈ? ਜਦੋਂ ਕੌਮ ਆਪਣੀ ਪਿਤਾ ਪੁਰਖੀ ਧਰਤੀ ਤੇ ਉੱਥੋਂ ਦੇ ਨਾਇਕਾਂ ਨਾਲ, ਉੱਥੋਂ ਦੇ ਸ਼ਹੀਦਾਂ ਨਾਲ ਆਪਣਾ ਰਿਸ਼ਤਾ ਗੂੜਾ ਕਰਦੀ ਹੈ, ਤਾਂ ਜਿਹੜੀ ਕੌਮ ਹੈ ਉਹਦੇ ਵਿੱਚ ਜਿਹੜਾ ਭਵਿੱਖ ਦਾ ਮਨੋਬਲ ਆ ਉਹ ਬਹੁਤ ਜ਼ਿਆਦਾ ਤਕੜਾ ਹੁੰਦਾ, ਤੇ ਕੌਮ ਦੁਬਾਰਾ ਜਾਨਾਂ ਵਾਰ ਲਈ ਤਿਆਰ ਹੁੰਦੀ ਆ। ਇਹਦੀ ਉਦਾਹਰਨ ਸਿੱਖ ਕੌਮ ਸਮੇਂ ਸਮੇਂ ਤੇ ਸੈੱਟ ਕਰ ਚੁੱਕੀ ਆ। ਪਿਛਲੇ ਸਾਲ ਦੇ ਵਿੱਚ ਜੋ ਐਡਾ ਵੱਡਾ ਸੰਘਰਸ਼ ਹੋਇਆ ਜਿਹਦੀ ਲੀਡ ਸਿੱਖ ਕੌਮ ਨੇ ਕੀਤੀ, ਮੈਂ ਆਖਰੀ ਗੱਲ ਕਰਕੇ ਸਮਾਪਤ ਕਰ ਦੇਣੀ ਚਾਹੁੰਦਾ ਆਪਣੀ ਗੱਲ ਕਿ ਤੁਹਾਡੇ ਇਕੱਠਾਂ ਤੋਂ, ਤੁਹਾਡੇ ਸ਼ੋਰ ਸ਼ਰਾਬਿਆਂ ਨਾਲੋਂ ਜ਼ਿਆਦਾ, ਸਾਡੇ ਬਾਹੂਬਲ ਤੋਂ ਵੀ ਜ਼ਿਆਦਾ ਉਸ ਦਿੱਲੀ ਤਖ਼ਤ ਨੂੰ ਕੀ ਹਿਲਾਉਂਦਾ ਸੀ? ਦਿੱਲੀ ਤਖ਼ਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸਿੱਖ ਦਾ ਨਿਸ਼ਚਾ ਜਿਹੜਾ ਇਹ ਹਿਲਾਉਂਦਾ ਸੀ, ਕਿਵੇਂ ਹਿਲਾਉਂਦਾ ਸੀ? ਜਦੋਂ ਸਵੇਰ ਦੇ 1:15 ਡੇਢ ਵਜੇ ਸਾਡੇ 80-80 ਸਾਲ ਦੇ ਬਜ਼ੁਰਗ ਵੀ ਬਾਅਦ ਚ ਰਸ਼ ਹੋ ਜਾਣਾ, ਉੱਠ ਕੇ ਨਿਤਨੇਮ ਕਰਨ ਦਾ ਟਾਈਮ ਨਾ ਲੇਟ ਹੋ ਜੇ, ਉੱਠ ਕੇ ਪਹਿਲਾ ਡੱਬਾ ਪਾਣੀ ਦਾ ਸਿਰ ਦੇ ਵਿੱਚ ਪਾਉਂਦੇ ਸੀ, ਤਾਂ ਜਿਹੜੀ ਪਾਣੀ ਦੀ ਖੜਖੜ ਧਰਤੀ ਤੇ ਹੁੰਦੀ ਸੀ ਉਹ ਕਿਲੇ ਹਿਲਾਉਂਦੇ ਸੀ। ਸਾਡੀ ਕੌਮ ਦੇ ਵਿੱਚ ਸਾਰਿਆਂ ਨਾਲੋਂ ਜੋ ਅਮੀਰ ਚੀਜ਼ ਸਾਡੇ ਵਿੱਚ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਸ਼ਚਾ ਹੈ, ਤੇ ਇਹੋ ਹੈ, ਇਹੋ ਇੱਕ ਵੈਰੀ ਕਾਰਨ ਹੈ ਜਿਹਦੇ ਕਰਕੇ ਸਾਡੇ ਉੱਤੇ ਗੁਲਾਮੀ ਥੋਪੀ ਜਾਂਦੀ ਆ।
1947 की सौ घाट आजादी तो पहला गोवलकर एक गल कहना वा RSS का मुखी असी 99% जाना दित्तियां दोस्तों बहु गिणती ने इन्नी घट क्यों दित्तियां वो एक नीति सी गोवलकर कहना सानू इस आजादी लई जान देण दी लोड़ नहीं जदों यह आजादी आ गई इतों बाद जिहड़ियां घट गिणतियां ने जदों यह सिर चकणगियां उदों जाना दे के उन्हां नूं दबण दी आपदियां जाना सांभ के रखो सो सिख आ जिहड़ा जिन्हें गुरु ग्रंथ साहिब च निश्चा रख लिया वह अपने आप दे विच ही पातशाही दावे का लंबरदार आ खालिस्तानी है अखीर दे विच आपदी गल मुकावांगा कह के खालसा सोई जो खंडे खेडै गलै मरै पातशाही ना छोड़े सिख गलदा गलदा मर जावे पर पातशाही दावा ना छड्डे वाहिगुरु जी का खालसा वाहिगुरु जी की फतेह।